ਤੁਹਾਨੂੰ ਪਤਾ ਅਸੀਂ 16 ਤਾਰੀਖ ਨੂੰ ਸਾਰੇ ਦੇਸ਼ ਵਿੱਚ ਭਾਰਤ ਬੰਦ ਦੀ ਕਾਲ ਦਿੱਤੀ ਹੈ। ਇਹਦੇ ਵਿੱਚ ਐਸਕੇਐਮ ਦੇ ਜਿੰਨੀਆਂ ਜਥੇਬੰਦੀਆਂ ਨੇ ਉਹ ਤੋਂ ਇਲਾਵਾ ਬਹੁਤ ਸਾਰੀਆਂ ਮੁਲਾਜ਼ਮਾਂ ਦੀਆਂ ਜਥੇਬੰਦੀਆਂ, ਇੰਡਸਟਰੀਅਲ ਵਰਕਰਸ ਦੀਆਂ ਜਥੇਬੰਦੀਆਂ, ਟਰਾਂਸਪੋਰਟਰ PRTC, ਪੰਜਾਬ ਰੋਡਵੇਜ਼, ਇਹ ਆਰਤੀ ਐਸੋਸੀਏਸ਼ਨ, ਵਪਾਰੀਆਂ ਦੀਆਂ ਜਥੇਬੰਦੀਆਂ, ਬਹੁਤ ਸਾਰੀਆਂ ਉਹਦੀ ਡਿਟੇਲ ਰਮਿੰਦਰ ਹੋਰੀ ਦੇ ਦੇਣਗੇ, ਸਾਰੀਆਂ ਇਹਦੇ ਵਿੱਚ ਸ਼ਾਮਿਲ ਹੋ ਰਹੀਆਂ। ਨੈਸ਼ਨਲ ਲੈਵਲ ਤੇ 16 ਤਾਰੀਖ ਨੂੰ ਭਾਰਤ ਬੰਦ ਹੋਏਗਾ। ਇਹ ਇੱਕ ਵੱਡਾ ਮੋਰਚਾ ਹੈ ਜਿਹੜਾ ਦੇਸ਼ ਦੇ ਭਵਿੱਖ ਲਈ ਸਾਰੇ ਮਿਲ ਕੇ, ਇਹ ਪਹਿਲੀ ਵਾਰੀ ਹੋਇਆ ਹੈ ਵੀ ਸਾਰੀਆਂ ਜਥੇਬੰਦੀਆਂ ਮਿਲ ਕੇ ਇੱਕ ਵੱਡਾ ਮੋਰਚਾ ਲਾਉਣ ਜਾ ਰਹੀਆਂ ਨੇ। ਤੋ ਉਹਦੇ ਲਈ ਤੁਹਾਨੂੰ ਸਾਰਿਆਂ ਨੂੰ ਬੇਨਤੀ, ਅਸੀਂ ਕੁਛ ਇਹ ਵੀ ਫੈਸਲਾ ਕੀਤਾ ਵੀ ਉਸ ਦਿਨ ਜਦੋਂ ਮੋਰਚਾ ਹੋਏਗਾ, ਬੰਦ ਹੋਏਗਾ, ਤਾਂ ਅਸੀਂ ਮਰੀਜ਼ਾਂ ਨੂੰ ਇਹ ਪੇਪਰਸ ਨੇ, ਅਸੀਂ ਪੰਜਾਬ ਸਰਕਾਰ ਨੂੰ ਰਿਕੁਐਸਟ ਕਰਾਂਗੇ ਵੀ ਟੀਚਰਸ ਵੀ ਉਸ ਦਿਨ ਸਾਡੇ ਨਾਲ ਸ਼ਾਮਿਲ ਹੋਣੇ ਨੇ ਤੇ ਜਿਹੜੇ ਪੇਪਰ ਹੋਣੇ ਨੇ ਜੇ 16 ਤਾਰੀਖ ਦੇ ਅੱਗੇ ਪਿੱਛੇ ਐਡਜਸਟਮੈਂਟ ਸਰਕਾਰ ਕਰ ਲਏ ਉਹਦਾ ਧੰਨਵਾਦ। ਇਹ ਤੋਂ ਇਲਾਵਾ ਬੈਂਕ ਇੰਪਲਾਈਜ਼ ਵੀ ਉਸ ਦਿਨ ਹੜਤਾਲ ਤੇ ਨੇ, ਸਾਰਿਆਂ ਨੇ ਨੋਟਿਸ ਸਰਕਾਰ ਨੂੰ ਦੇ ਦਿੱਤੇ ਹੋਏ ਨੇ। CTU ਦੀ, ਐਟਕ ਦੀ, ਇੰਟਕ ਦੀ ਜਿੰਨੀਆਂ ਜਥੇਬੰਦੀਆਂ, ਜਿੰਨੀਆਂ ਫੈਡਰੇਸ਼ਨਾਂ ਨੇ, ਉਹਨਾਂ ਸਾਰਿਆਂ ਨੇ ਸਰਕਾਰ ਨੂੰ ਐਜੀਟੇਸ਼ਨ ਦੇ, ਹੜਤਾਲ ਦੇ ਨੋਟਿਸ ਦੇ ਦਿੱਤੇ ਹੋਏ ਨੇ। ਸਾਰੇ ਮਿਲ ਕੇ ਦੇਸ਼ ਦੇ ਲੋਕਾਂ ਦੇ ਮੁੱਦਿਆਂ ਦੇ ਉੱਤੇ ਅਸੀਂ ਸਰਕਾਰ ਨੂੰ ਘੇਰਨ ਜਾ ਰਹੇ ਹਾਂ। ਇਸ ਲਈ ਮੈਂ ਸਮਝਦਾ ਵੀ ਤੁਹਾਡਾ ਵੀ ਉੱਡਾ ਹੀ ਸਾਥ ਹੈ ਸਾਡੇ ਨਾਲ। ਮੈਨੂੰ ਪਤਾ ਹੈ ਤੁਸੀਂ ਕਵਰੇਜ ਦੇਣੀ ਹੁੰਦੀ ਹੈ ਤੋਂ ਬਿਨਾਂ ਮਾਨਸਿਕ ਤੌਰ ਤੇ ਤੁਸੀਂ ਵੀ ਸਾਡੇ ਨਾਲ ਜੁੜੇ ਹੋਏ ਹੋ, ਇਸੇ ਕਰਕੇ ਤੁਸੀਂ ਏਡੀ ਵੱਡੀ ਗਿਣਤੀ ਵਿੱਚ ਸਾਨੂੰ ਹਰ ਵਾਰੀ ਕਵਰੇਜ ਦੇਣ ਲਈ ਇੱਥੇ ਆਉਂਦੇ ਹੋ। ਮੈਂ ਬੇਨਤੀ ਕਰਾਂਗਾ ਸਰ, ਬੂਟਾ ਸਿੰਘ ਬੁਰਜ ਕੇ ਲੱਗਦੀ ਗੱਲ ਅਪੀਲ ਕਰ। ਅਸੀਂ ਜਦੋਂ ਦਿੱਲੀ ਤੋਂ ਮੋਰਚਾ ਸਮਾਪਤ ਕੀਤਾ ਤਾਂ ਅਸੀਂ ਇਹ ਕਹਿ ਕੇ ਉੱਠੇ ਸੀ ਕਿ ਇਹਨੂੰ ਮੁਲਤਵੀ ਕਰਕੇ ਚੱਲੇ ਹਾਂ, ਬਾਕੀ ਜਿਹੜੇ ਰਹਿੰਦੇ ਮੁੱਦੇ ਆ ਉਹਨਾਂ ਨੂੰ ਹੱਲ ਕਰਾਉਣ ਦੇ ਲਈ, ਸਰਕਾਰ ਤੋਂ ਮਨਾਉਣ ਦੇ ਲਈ ਅਸੀਂ ਲਗਾਤਾਰ ਜਿਹੜਾ ਸੰਘਰਸ਼ ਹੈ ਉਹ ਜਾਰੀ ਰੱਖਾਂਗੇ। ਪਹਿਲਾਂ ਵੀ ਅਸੀਂ ਲਗਾਤਾਰ ਤਾਂ ਇਹਦੀ ਦੇਖ ਰਹੇ ਹੋ ਤੁਸੀਂ, 26 ਜਨਵਰੀ ਨੂੰ ਬਹੁਤ ਵੱਡਾ ਮੰਤਰੀ ਟਰੈਕਟਰ ਪਰੇਡ ਮੈਨੂੰ ਲੱਗਦਾ ਕਿ 450 ਜ਼ਿਲ੍ਹਿਆਂ ਦੇ ਵਿੱਚ ਹੋਈ ਆ। ਉਸ ਤੋਂ ਬਾਅਦ 16 ਤਰੀਕ ਦਾ ਭਾਰਤ ਬੰਦ ਦਾ ਜਿਹੜਾ ਸੱਦਾ ਦਿੱਤਾ ਹੈ, ਅਸੀਂ 3 ਨਵੀਆਂ ਮੰਗਾਂ ਐਡ ਕੀਤੀਆਂ। ਪਹਿਲੀ ਤਾਂ ਜਿਹੜੀਆਂ ਰਹਿੰਦੀਆਂ ਮੰਗਾਂ ਸਾਡੇ ਨਾਲ ਲਿਖਤੀ ਤੌਰ 'ਤੇ ਕਰੀਆਂ ਸੀ, ਪਰ ਬਾਅਦ ਦੇ ਵਿੱਚ ਭਰੋਸਾ ਬੇਭਰੋਸਗੀ ਜਿਤਾਤੀ ਸਰਕਾਰ ਨੇ, ਉਹਨਾਂ ਵਿੱਚ ਮੁੱਖ ਰੂਪ ਦੇ ਵਿੱਚ MSP ਦੀ ਗਰੰਟੀ ਵਾਲਾ ਕਾਨੂੰਨ ਬਣਾਉਣਾ, ਲਖੀਮਪੁਰ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣਾ, ਮੁਕੱਦਮੇ ਜਿਹੜੇ 307 ਦੇ ਸਾਰੇ ਲੀਡਰਾਂ ਦੇ ਉੱਪਰ ਪਾਏ ਹੈ, 2-2, 3-3 ਕੇਸ, ਉਹਨਾਂ ਨੂੰ ਰੱਦ ਕਰਵਾਉਣਾ। ਨਵੀਆਂ ਮੰਗਾਂ ਦੇ ਵਿੱਚ ਅਸੀਂ ਐਡ ਕੀਤਾ, ਲੇਖਾ ਜੋਖਾ ਕੀਤਾ ਸੰਯੁਕਤ ਮੋਰਚੇ ਨੇ ਕਿ ਹਿੰਦੁਸਤਾਨ ਦਾ ਜਿਹੜਾ ਸਾਰੇ ਦਾ ਸਾਰਾ ਕਿਸਾਨੀ ਕਰਜ਼ਾ ਹੀ ਹੋਇਆ 18.5 ਲੱਖ ਕਰੋੜ ਦੇ ਕਰੀਬ ਕਰਜ਼ਾ ਜਿਹੜਾ ਹਿੰਦੁਸਤਾਨ ਦੇ ਕਿਸਾਨਾਂ ਦੇ ਸਿਰ ਚੜ੍ਹ ਚੁੱਕਿਆ, ਇਹ ਵਰਨਾ ਕਦੇ ਵੀ ਨਹੀਂ ਲੈਣਾ, ਇਹ ਸਰਕਾਰ ਨੂੰ ਖਤਮ ਕਰਨਾ ਪੈਣਾ। ਇਹ ਨਹੀਂ ਕਿ ਪਹਿਲਾਂ ਨਹੀਂ ਕੀਤਾ, ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ ਉਦੋਂ ਵੀ 71,000 ਕਰੋੜ ਦਾ ਕਰਜ਼ਾ ਮਾਫ਼ ਕੀਤਾ ਸੀ, ਪਰ ਪੰਜਾਬ ਦੇ ਹਿੱਸੇ ਉਦੋਂ ਥੋੜ੍ਹਾ ਆਇਆ ਸੀ।
ਤੇ ਉਸ ਤੋਂ ਬਾਅਦ ਕੈਪਟਨ ਨੇ ਵੀ ਕਰਜ਼ਾ ਮਾਫ਼ੀ ਦਾ ਐਲਾਨ ਕੀਤਾ, ਥੋੜ੍ਹਾ ਕੀਤਾ, 3700 ਕਰੋੜ ਦਾ ਹੋਇਆ, ਸਾਰਾ ਨਹੀਂ ਹੋਇਆ। ਇਹ ਆਏ ਸਾਲ ਇੰਡਸਟਰੀ ਦਾ 80 ਰੁਪਇਆ ਡੁੱਬੇ ਖਾਤੇ ਪਾ ਦਿੰਦੇ ਆ। ਇਹ ਜੇ 18.5 ਲੱਖ ਕਰੋੜ ਦਾ ਕਰਜ਼ਾ ਖਤਮ ਕਰਨਾ ਹੋਵੇ ਸਰਕਾਰ ਦੇ ਲਈ ਕੋਈ ਵੱਡੀ ਗੱਲ ਨਹੀਂ, ਉਹਦੀ ਜ਼ਿੰਮੇਵਾਰੀ ਬਣਦੀ ਆ। ਕਾਰਨ ਉਹਦਾ ਇਹ ਹੈ ਕਿ ਵਾਜਬ ਫਸਲਾਂ ਦੇ ਰੇਟ ਸਾਨੂੰ ਨਾ ਮਿਲਣਾ, ਜਿਹੜਾ ਅਸੀਂ ਡਾਕਟਰ ਸਵਾਮੀਨਾਥਨ ਦੀਆਂ ਸਿਫਾਰਸ਼ਾਂ ਦੇ ਮੁਤਾਬਕ ਮੰਗ ਰਹੇ ਹਾਂ, ਉਹਦਾ ਮੁੱਖ ਕਾਰਨ ਹੈ। ਦੂਸਰਾ ਜਿਹੜੀ ਮੰਗ ਅਸੀਂ ਐਡ ਕੀਤੀ ਹੈ ਕਿ ਜਦੋਂ ਸਾਡੀਆਂ ਫਸਲਾਂ ਮਰ ਜਾਂਦੀਆਂ ਅਸੀਂ ਮੁਆਵਜ਼ਾ ਮੰਗਦੇ ਰਹਿ ਜਾਂਦੇ ਹਾਂ ਸਰਕਾਰਾਂ ਤੋਂ। ਅਸੀਂ ਮੰਗ ਕਰਦੇ ਹਾਂ ਕਿ ਫਸਲੀ ਬੀਮਾ ਯੋਜਨਾ ਤਿਆਰ ਕੀਤੀ ਜਾਵੇ, ਇਹ ਸਰਕਾਰੀ ਤੌਰ 'ਤੇ ਹੋਵੇ। ਹੈ ਬਣਾਈ ਹੋਈ ਕੇਂਦਰ ਸਰਕਾਰ ਦੀ, ਪਰ ਪ੍ਰਾਈਵੇਟ ਕੰਪਨੀਆਂ ਨੂੰ ਅਰਬਾਂ ਖਰਬਾਂ ਦਾ ਇਹਦਾ ਮੁਨਾਫਾ ਮਿਲ ਰਿਹਾ, ਕਿਸਾਨਾਂ ਨੂੰ ਕੁਛ ਨਹੀਂ ਮਿਲ ਰਿਹਾ। ਦੂਸਰਾ, ਅਸੀਂ ਅੰਨਦਾਤੇ ਦੇ ਤੌਰ 'ਤੇ ਮੰਗ ਕਰਦੇ ਹਾਂ ਕਿ ਜਦੋਂ ਕਿਸਾਨ ਪਤੀ ਔਰ ਪਤਨੀ 60 ਸਾਲ ਦੀ ਉਮਰ ਦੇ ਵਿੱਚ ਹੋ ਜਾਣ ਤਾਂ ਉਹਨਾਂ ਦੀ ਪੈਨਸ਼ਨ 10,000 ਪ੍ਰਤੀ ਮਹੀਨਾ ਉਹਨਾਂ ਨੂੰ ਦਿੱਤੀ ਜਾਵੇ, ਤਾਂ ਕਿ ਜਿਹੜਾ ਬੁਢਾਪਾ ਹੈ ਉਹ ਖੁਸ਼ ਹੋ ਕੇ ਕੱਢ ਸਕਣ, ਜਿਹੜੇ ਬਜ਼ੁਰਗ ਕਿਸਾਨ ਨੇ। ਇਹ ਨਵੀਆਂ ਮੰਗਾਂ ਅਸੀਂ ਇਹਦੇ ਵਿੱਚ ਐਡ ਕਰਕੇ ਇਹ ਇੱਕ ਸੰਕੇਤ ਦੇ ਰਹੇ ਹਾਂ 16 ਨੂੰ ਭਾਰਤ ਬੰਦ ਦਾ, ਕਿ ਮੁੜ ਮੋਰਚਾ ਲਾਉਣ ਦੇ ਲਈ ਸੰਯੁਕਤ ਮੋਰਚਾ ਪੱਬਾਂ ਭਰ ਹੋ ਰਿਹਾ, 36 ਮਿੰਟਾਂ ਕਰਕੇ ਅਗਲਾ ਐਲਾਨ ਵੀ ਇਹਦਾ ਮਤਲਬ ਅਸੀਂ ਕਰਨ ਜਾ ਰਹੇ। ਜਿਹੜਾ 16 ਦਾ ਭਾਰਤ ਬੰਦ ਹੈ, ਇਹ ਸੰਯੁਕਤ ਕਿਸਾਨ ਮੋਰਚਾ, ਕੇਂਦਰੀ ਟਰੇਡ ਯੂਨੀਅਨ, ਹੋਰ ਸੈਕਟੋਰਲ ਐਸੋਸੀਏਸ਼ਨ ਤੇ ਟਰੇਡ ਯੂਨੀਅਨ ਵੱਲੋਂ ਜੁਆਇੰਟਲੀ ਦਿੱਤਾ ਗਿਆ। ਉਦਣ ਸਾਰੇ ਦੇਸ਼ ਚ ਇੰਡਸਟਰੀਅਲ ਵਰਕਰ ਸਟ੍ਰਾਈਕ ਤੇ ਜਾਣਗੇ, ਜੋ ਸਾਡੇ ਕੋਲ ਰਿਪੋਰਟ ਹੈ। ਕੋਲ ਮਾਈਨਸ, ਸਟੀਲ ਇੰਡਸਟਰੀ, ਇਲੈਕਟ੍ਰੀਸਿਟੀ ਬੋਰਡਸ, ਟਰਾਂਸਪੋਰਟ ਕਾਮੇ ਲਗਭਗ ਉਸ ਦਿਨ ਸਾਰੇ ਦੇਸ਼ ਚ ਸਟ੍ਰਾਈਕ ਅਬਜ਼ਰਵ ਕਰ ਰਹੇ ਨੇ, ਵੱਡੀ ਪੱਧਰ ਤੇ ਇੰਡਸਟਰੀ ਚ ਨੋਟਿਸ ਦਿੱਤੇ ਗਏ। ਪੰਜਾਬ ਦੇ ਵਿੱਚ ਵੀ ਸਾਡੇ ਕੋਲ ਖ਼ਬਰ ਹੈ ਕਿ ਪੰਜਾਬ ਰੋਡਵੇਜ਼ ਤੇ ਪੈਪਸੂ ਰੋਡਵੇਜ਼ ਸਟ੍ਰਾਈਕ 16 ਤਰੀਕ ਨੂੰ ਅਬਜ਼ਰਵ ਕਰ ਰਹੇ ਨੇ। ਇਲੈਕਟ੍ਰੀਸਿਟੀ ਇੰਪਲਾਈਜ਼ ਪੰਜਾਬ ਦੇ ਸਟ੍ਰਾਈਕ ਅਬਜ਼ਰਵ ਕਰ ਰਹੇ ਨੇ। ਅਸੀਂ ਸਾਰੇ ਪੰਜਾਬ ਚ ਟਰੱਕ ਯੂਨੀਅਨ ਕੋਲੇ ਪਹੁੰਚ ਕੀਤੀ ਹੈ, ਉਹ 16 ਨੂੰ ਹਿੱਟ ਐਂਡ ਰਨ ਵਾਲਾ ਮਾਮਲਾ ਵੀ ਸਾਡੀ ਡਿਮਾਂਡ ਦੇ ਵਿੱਚ ਸ਼ਾਮਲ ਹੈ। ਇਹ ਲਾਅ ਵਾਪਸ ਲੈਣਾ ਚਾਹੀਦਾ ਗਵਰਨਮੈਂਟ ਨੂੰ, ਜਿਹੜਾ ਆਵਾਜਾਈ ਦੀਆਂ ਜਿਹੜੀਆਂ ਜਾਂ ਟੋਟਲ ਜਿਹੜਾ ਸੜਕਾਂ ਦਾ ਪ੍ਰਬੰਧ ਹੈ ਜਿਹੜਾ, ਉਸਨੂੰ ਠੀਕ ਕਰਨਾ ਚਾਹੀਦਾ, ਪਾਰਕਿੰਗ ਦੇ ਪ੍ਰਬੰਧ ਨੂੰ ਠੀਕ ਕਰਨਾ ਚਾਹੀਦਾ। ਆਪਣੀ ਰਿਸਪੋਂਸੀਬਿਲਟੀ ਗਵਰਨਮੈਂਟ ਡਰਾਈਵਰਾਂ ਦੇ ਸਿਰ ਤੇ ਪਾ ਕੇ ਆਪਣੇ ਕਰਨਾ ਚਾਹੁੰਦੀ ਹੈ। ਉਸ ਮਾਮਲੇ ਚ ਉਹਨਾਂ ਦਾ ਵੀ ਪ੍ਰੋਟੈਸਟ ਸੀ, ਉਹ ਸਾਡੇ ਉਸ ਮਾਮਲੇ ਚ ਉਹਨਾਂ ਨੂੰ ਸਮਰਥਨ ਦਿੱਤਾ ਹੈ। ਇਸ ਗੱਲ ਤੇ 16 ਨੂੰ ਸਾਡੇ ਨਾਲ ਵੱਡੀ ਪੱਧਰ ਤੇ ਟਰੱਕ ਜਿਹੜੇ ਨੇ ਉਹ ਖੜਕ ਜਾ ਰਹੇ ਨੇ, ਟਰਾਂਸਪੋਰਟੇਸ਼ਨ ਲਗਭਗ ਹਾਂਡ ਤੇ ਜਾ ਰਹੇ ਨੇ। ਪ੍ਰਾਈਵੇਟ ਬੱਸਾਂ ਵਾਲੇ ਟਰਾਂਸਪੋਰਟਰਸ ਨਾਲ ਵੀ ਅਸੀਂ ਗੱਲ ਕੀਤੀ ਹੈ, ਉਹਨਾਂ ਦੀ ਇੱਕ ਵੱਡੀ ਐਸੋਸੀਏਸ਼ਨ ਨੇ ਇਸ ਹੜਤਾਲ ਨੂੰ ਆਪਣਾ ਸਮਰਥਨ ਐਕਸਟੈਂਡ ਕਰ ਦਿੱਤਾ ਹੈ, ਉਹ ਉਸ ਦਿਨ ਆਪਣੀਆਂ ਬੱਸਾਂ ਖੜਾਉਣਗੇ। ਆੜ੍ਹਤੀਆਂ ਦੀਆਂ ਦੋਹੇ ਵੱਡੀਆਂ ਐਸੋਸੀਏਸ਼ਨ ਨੇ ਮੰਡੀਆਂ ਚ ਹਰ ਕਿਸਮ ਦਾ ਜਿਹੜਾ ਪ੍ਰੋਸੈਸ ਹੈ ਉਸ ਦਿਨ ਉਹਨੂੰ ਹਾਲਟ ਤੇ ਰੱਖਣਾ। ਸਾਰੇ ਵਪਾਰ ਮੰਡਲਾਂ ਤੱਕ ਅਸੀਂ ਪਹੁੰਚ ਕੀਤੀ ਹੈ ਔਰ ਸਾਨੂੰ ਉਹਨਾਂ ਦੇ ਸਮਰਥਨ ਦਾ ਹੁੰਗਾਰਾ ਜਿਹੜਾ ਉਹ ਆ ਰਿਹਾ। ਤੋ ਸਵੇਰ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਉਦਣ ਬੰਦ ਹੈ ਜਿਹੜਾ ਉਹ ਅਬਜ਼ਰਵ ਕੀਤਾ ਜਾਊਗਾ। ਇਸ ਚ ਸਾਨੂੰ ਪਹਿਲੀ ਵਾਰੀ ਹੈ ਪੰਜਾਬ ਦੀ ਹਿਸਟਰੀ ਚ, ਦੇਸ਼ ਪੱਧਰ ਤੇ ਵੀ ਅਸੀਂ ਵਿਆਪਕ ਲਾਮਬੰਦੀ ਬਣਾਈ ਹੈ, ਦੇਸ਼ ਪੱਧਰ ਤੇ ਅਸੀਂ ਟਰੇਡ ਯੂਨੀਅਨ ਤੱਕ ਪਹੁੰਚ ਕੀਤੀ, ਦੇਸ਼ ਪੱਧਰ ਤੇ ਅਸੀਂ ਸਟੂਡੈਂਟਸ, ਯੂਥ, ਔਰਤਾਂ ਦੀਆਂ, ਇੰਟਲੈਕਚੁਅਲਸ ਦੀਆਂ ਔਰ ਪੇਂਡੂ ਮਜ਼ਦੂਰਾਂ ਦੀਆਂ, ਖੇਤ ਮਜ਼ਦੂਰਾਂ ਦੀਆਂ ਜਥੇਬੰਦੀਆਂ ਤੱਕ ਪਹੁੰਚ ਕੀਤੀ ਹੈ। ਸਾਰੇ ਇਸ ਵਿਆਪਕ ਜਿਹੜੇ ਕਾਰਪੋਰੇਟ ਦੇ ਹੱਲੇ ਤੋਂ ਪਰੇਸ਼ਾਨ ਨੇ,
ਔਰ ਮੋਦੀ ਗਵਰਨਮੈਂਟ ਜੋ ਇਹ ਕਹਿ ਰਹੀ ਹੈ ਕਿ ਭਾਰਤ ਦਾ ਵਿਕਾਸ ਹੋਇਆ, ਭਾਰਤ ਬਹੁਤ ਵਿਸ਼ਵ ਗੁਰੂ ਬਣਨ ਵਾਲੇ ਪਾਸੇ ਜਾ ਰਿਹਾ, ਜਦੋਂ ਕਿ ਅਸੀਂ ਭੁੱਖਮਰੀ ਤੇ ਖੁਸ਼ਹਾਲੀ ਦੇ ਇੰਡੈਕਸ ਚ ਪਿੱਛੇ ਗਏ। ਐਗਰੀਕਲਚਰ ਬਜਟ ਦਾ ਜੋ ਹਾਲ ਕੀਤਾ ਔਰ ਜੋ ਇਸ ਵਾਰੀ ਬਜਟ ਦੇ ਵਿੱਚ ਪੋਸਟ ਹਾਰਵੈਸਟ ਸੀਜ਼ਨ ਜਿਹੜੀ ਹੈ ਪ੍ਰੋਸੈਸ ਹੈ ਸਾਰਾ, ਚਾਹੇ ਉਹ ਭੰਡਾਰਨ ਦਾ ਹੈ, ਚਾਹੇ ਸਟੋਰੇਜ ਦਾ ਹੈ, ਚਾਹੇ ਸਪਲਾਈ ਚੇਨਸ ਨੇ, ਉਹਦੇ ਚ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਰਾਹੀਂ ਕਾਰਪੋਰੇਟ ਦੇ ਦਾਖਲੇ ਦਾ ਜਿਹੜਾ ਆਧਾਰ ਬਣਾਇਆ ਜਾ ਰਿਹਾ। ਅਸੀਂ 3 ਕਾਨੂੰਨ ਵਾਪਸ ਕਰਾ ਕੇ ਆਏ ਸੀ, ਗਵਰਨਮੈਂਟ ਹੁਣ ਦੂਸਰੇ ਪਾਸੇ ਦੀ ਜਿਹੜਾ ਫਿਰ ਕਾਰਪੋਰੇਟ ਦੀ ਨੀਤੀ ਨੂੰ ਅੱਗੇ ਲਿਆ ਰਹੀ ਹੈ। ਇਸ ਗੱਲ ਦੇ ਖਿਲਾਫ਼ ਵਰਕਰਸ ਨੇ, ਜਿਹੜੇ 4 ਲੇਬਰ ਕੋਡਸ ਦੇ ਖਿਲਾਫ਼ ਜੋ ਪ੍ਰਾਈਵੇਟਾਈਜੇਸ਼ਨ ਹੋ ਰਿਹਾ, ਚਾਹੇ ਉਹ ਡਿਫੈਂਸ ਸੈਕਟਰ ਦਾ ਹੋ ਰਿਹਾ, ਚਾਹੇ ਇਲੈਕਟ੍ਰੀਸਿਟੀ ਸੈਕਟਰ ਦਾ, ਜਾਂ ਕੋਈ ਹੋਰ ਪਬਲਿਕ ਸੈਕਟਰ ਅਦਾਰਿਆਂ ਦਾ, ਜੋਬ ਦੀ ਗਰੰਟੀ ਦੇ ਸਵਾਲ ਨੂੰ ਲੈ ਕੇ, ਮਿਨੀਮਮ ਵੇਜ 26,000 ਕਰਨ ਦੇ ਸਵਾਲ ਨੂੰ ਲੈ ਕੇ, MSP ਤੇ ਕਰਜ਼ਾ ਮੁਕਤੀ ਦਾ ਸਵਾਲ ਹੈਗਾ ਹੀ ਹੈ। ਕਰਜ਼ਾ ਮੁਕਤੀ ਇਕੱਲਾ ਕਿਸਾਨਾਂ ਦਾ ਹੀ ਨਹੀਂ, ਖੇਤ ਮਜ਼ਦੂਰਾਂ ਦਾ ਵੀ, ਜੋ ਮਾਈਕਰੋ ਫਾਈਨਾਂਸ ਕੰਪਨੀਆਂ ਨੇ ਵੱਡੇ ਪੱਧਰ ਤੇ ਲੁੱਟ ਮਚਾਈ ਹੋਈ ਹੈ, ਔਰ ਖੇਤ ਮਜ਼ਦੂਰਾਂ ਨੂੰ ਵੀ ਪਰੇਸ਼ਾਨ ਕੀਤਾ ਜਾ ਰਿਹਾ। ਤੋ ਇਸ ਦੇਸ਼ ਦਾ ਜਿਹੜਾ ਰੀਅਲ ਭਾਰਤ ਹੈ, ਉਹ 16 ਤਰੀਕ ਨੂੰ ਇੱਕ ਵੱਡੇ ਰੂਪ ਚ ਇਹਨਾਂ ਕਾਰਪੋਰੇਟ ਨੀਤੀਆਂ ਦਾ ਸਤਾਇਆ ਹੋਇਆ, ਉਸਦੇ ਖਿਲਾਫ਼ ਪ੍ਰੋਟੈਸਟ ਕਰਨ ਜਾ ਰਿਹਾ, ਔਰ ਉਹ ਸਟ੍ਰਾਈਕ ਕਰੇਗਾ, ਉਹ ਬੰਦ ਕਰੇਗਾ। ਅਸੀਂ ਇਸ ਬੰਦ ਚ ਜਿਹੜੀਆਂ ਛੋਟਾਂ ਦਿੱਤੀਆਂ ਨੇ, ਉਹ ਅਸੀਂ ਕਿਉਂਕਿ ਉਸ ਦਿਨ ਸਾਡੇ ਹੀ ਆਮ ਲੋਕਾਂ ਚੋਂ ਕਈਆਂ ਦੀਆਂ ਬਰਾਤਾਂ ਨੇ, ਤੋ ਅਸੀਂ ਬਰਾਤਾਂ ਨੂੰ ਉਸ ਬੰਦ ਚੋਂ ਛੋਟ ਦਿੱਤੀ ਹੈ। ਉਹ ਆਵਾਗਮਨ ਕਰਨਗੇ, ਆਵਾਜਾਈ ਉਹਨਾਂ ਦੀ ਚੱਲੇਗੀ, ਬਰਾਤਾਂ ਜਾ ਸਕਦੀਆਂ ਨੇ। ਕਿਸੇ ਦੇ ਘਰੇ ਕੋਈ ਟ੍ਰੈਜਡੀ ਹੋਈ ਹੈ, ਕੋਈ ਮਰਗ ਹੋਈ ਹੈ, ਉਸ ਮਾਮਲੇ ਜੇ ਕੋਈ ਜਾ ਰਿਹਾ, ਉਹਨਾਂ ਨੂੰ ਛੋਟ ਹੈ, ਕੋਈ ਮਰੀਜ਼ ਹੈ ਜਾਂ ਐਂਬੂਲੈਂਸ ਹੈ, ਉਹਨਾਂ ਨੂੰ ਰਾਹਤ ਦੇਵਾਂਗੇ, ਉਹਨਾਂ ਨੂੰ ਬਿਲਕੁਲ ਨਹੀਂ ਰੋਕਿਆ ਜਾਊ, ਕੱਢਿਆ ਜਾਊਗਾ ਬਕਾਇਦਾ ਰੂਪ ਚ। ਕੋਈ ਏਅਰਪੋਰਟ ਜਾ ਰਿਹਾ, ਉਹਦੇ ਕੋਲ ਏਅਰ ਟਿਕਟ ਹੈਗੀ ਹੈ, ਉਸ ਨੂੰ ਛੋਟ ਦਿੱਤੀ ਜਾਊ। ਅਸੀਂ ਕਿਉਂਕਿ ਸਾਡੇ ਕੋਲ ਜਾਣਕਾਰੀ ਇਹ ਕਿ 16 ਤਰੀਕ ਨੂੰ ਬੋਰਡ ਐਗਜ਼ਾਮ ਨੇ, ਮੈਟ੍ਰਿਕ ਤੇ ਪਲੱਸ 2 ਦਾ ਐਗਜ਼ਾਮ ਹੈ, ਅਸੀਂ ਕਿਉਂਕਿ ਟਰਾਂਸਪੋਰਟ ਖੜਨ ਜਾ ਰਹੀ ਹੈ, ਔਰ ਇੰਪਲਾਈਜ਼ ਦੇ ਪੰਜਾਬ ਦਾ ਜਿਹੜਾ ਯੂਟੀ ਤੇ ਪੰਜਾਬ ਦਾ ਜਿਹੜਾ ਮੁਲਾਜ਼ਮ ਫੈਡਰੇਸ਼ਨਾਂ ਦਾ ਜਿਹੜਾ ਮੰਚ ਹੈ, ਮੋਰਚਾ ਹੈ, ਉਸਨੇ ਵੀ ਚੀਫ ਸੈਕਟਰੀ ਪੰਜਾਬ ਨੂੰ ਹੜਤਾਲ ਦੇ ਨੋਟਿਸ ਦਿੱਤੇ ਨੇ, ਉਹਦੇ ਚ ਅਧਿਆਪਕਾਂ ਦੀਆਂ ਜਥੇਬੰਦੀਆਂ ਵੀ ਸ਼ਾਮਲ ਨੇ। ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਪੰਜਾਬ ਸਰਕਾਰ ਨੂੰ ਕਿ ਇੱਕ ਦਿਨ ਦੀ ਇਹ, ਕਿਉਂਕਿ ਪੰਜਾਬ ਸਰਕਾਰ ਇਹ ਕਹਿੰਦੀ ਹੈ ਕਿ ਸਾਡੇ ਨਾਲ ਪਹਿਲਾਂ ਵੀ ਕਹਿੰਦੀ ਰਹੀ ਹੈ ਕਿ ਜੇ ਤੁਸੀਂ ਇਹਨਾਂ ਗੱਲਾਂ ਦੇ ਉੱਪਰ, ਜੋ ਕਾਰਪੋਰੇਟਾਈਜੇਸ਼ਨ ਦਾ ਹਮਲਾ ਹੈ ਖੇਤੀ ਦੇ ਉੱਪਰ, ਤਾਂ ਪੰਜਾਬ ਸਰਕਾਰ ਪੰਜਾਬ ਦੇ ਕਿਸਾਨਾਂ ਨਾਲ ਹੈ, ਪੰਜਾਬ ਦੇ ਲੋਕਾਂ ਨਾਲ ਹੈ। ਤਾਂ ਅਸੀਂ ਪੰਜਾਬ ਸਰਕਾਰ ਨੂੰ ਇਹ ਅਪੀਲ ਕਰਨਾ ਚਾਹੁੰਦੇ ਹਾਂ ਕਿ 16 ਦਾ ਐਗਜ਼ਾਮ ਡੈਫਰ ਕਰਕੇ ਕਿਸੇ ਹੋਰ ਦਿਨ ਰੀਸ਼ਡਿਊਲ ਕੀਤਾ ਜਾਵੇ, ਕੋਈ ਵੀ ਬੱਚੇ ਦਾ ਐਗਜ਼ਾਮ ਰਹੇ ਨਾ। ਨਹੀਂ ਕਰਨਗੇ ਤਾਂ ਅਸੀਂ ਲਾਜ਼ਮੀ ਤੌਰ ਤੇ ਆਪਣੇ ਬੱਚਿਆਂ ਦਾ ਨੁਕਸਾਨ ਨਹੀਂ ਹੋਣ ਦੇਵਾਂਗੇ, ਉਹਦਾ ਕੋਈ ਹੱਲ ਕੱਢਾਂਗੇ। ਇਹ ਮੋਟੇ ਰੂਪ ਚ ਜਾਣਕਾਰੀ ਅਸੀਂ ਤੁਹਾਡੇ ਨਾਲ ਇਹ ਗਾਈਡਲਾਈਨ ਸ਼ੇਅਰ ਕਰਨ ਲਈ ਤੁਹਾਨੂੰ ਇੱਥੇ ਬੁਲਾਇਆ ਸੀ, ਔਰ ਇਹ ਸ਼ੇਅਰ ਕਰਦੇ ਹੋਏ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਗਵਰਨਮੈਂਟ ਦਾਵਾ ਜੋ ਮਰਜ਼ੀ ਕਰੇ, ਪਰ ਇਸੇ ਗਵਰਨਮੈਂਟ ਦੀ ਮਿਨਿਸਟਰੀ ਆਫ ਐਗਰੀਕਲਚਰ ਦਾ ਜਿਹੜਾ ਮਤਲਬ ਰਿਪੋਰਟ ਹੈ, ਗਲਾਸ ਰਿਪੋਰਟ ਹੈ, ਕਿ ਪਿਛਲੇ 5 ਸਾਲਾਂ ਦੇ ਵਿੱਚ 1,05,000 ਕਰੋੜ ਰੁਪਏ ਤੋਂ ਉੱਪਰ ਰੁਪਈਆ ਜਿਹੜਾ ਐਗਰੀਕਲਚਰ ਬਜਟ ਵੀ ਰੱਖਿਆ ਸੀ, ਉਹ ਸਰੈਂਡਰ ਕੀਤਾ ਗਵਰਨਮੈਂਟ ਨੇ, ਉਹ ਖੂਹ ਖਾਤੇ ਪਾਤਾ। ਇਹ ਕਿਸਾਨਾਂ ਨੂੰ ਦਿੱਤਾ ਜਾ ਸਕਦਾ ਸੀ, ਇਹ ਪੰਜਾਬ ਇਸ ਦੇਸ਼ ਦੇ ਐਗਰੀਕਲਚਰ ਸੈਕਟਰ ਨੂੰ ਚੰਗਾ ਬਣਾਉਣ ਲਈ ਇਨਵੈਸਟ ਕੀਤਾ ਜਾ ਸਕਦਾ ਸੀ। ਗਵਰਨਮੈਂਟ ਕੁਛ ਕਰ ਨਹੀਂ ਰਹੀ, ਐਗਰੀਕਲਚਰ ਦਾ ਬਜਟ ਘਟਾਇਆ ਜਾ ਰਿਹਾ, ਕਾਰਪੋਰੇਟ ਦੇ ਪੱਖ ਚ ਹੈ ਸਾਰਾ ਕੁਝ, ਔਰ ਉਸ ਦੇ ਖਿਲਾਫ 16 ਤਰੀਕ ਨੂੰ ਭਾਰਤ ਬੰਦ ਹੈ ਜਿਹੜਾ ਸੰਯੁਕਤ ਕਿਸਾਨ ਮੋਰਚਾ ਤੇ ਟ੍ਰੇਡ ਯੂਨੀਅਨਸ ਕਰਨਗੇ। ਰਾਜੇਵਾਲ ਸਾਹਿਬ, ਦੋ ਗੱਲਾਂ ਹੈ, ਤੁਸੀਂ 16 ਤਰੀਕ ਨੂੰ ਇੱਕ ਦਿਨ ਕਰ ਰਹੇ ਹੋ, ਜਿਹੜੇ 16 ਤਰੀਕ ਨੂੰ ਉੱਥੇ ਪੱਕਾ ਮੋਰਚਾ ਲਾਉਣ ਜਾ ਰਹੇ ਹੋ, ਅੱਲਾ ਨੇ 13 ਨੂੰ ਜਿਹੜੇ ਜਾ ਰਹੇ ਨੇ ਸੁਖੋਂ 16 ਪਹੁੰਚਣ, ਉਹ ਅਲੱਗ ਹੈ ਕਿ ਉਹਨਾਂ ਦਾ ਸਮਰਥਨ ਹੈ ਤਾਂ ਨਹੀਂ, ਸਾਡਾ ਉਹਨਾਂ ਨਾਲ ਕਲੈਸ਼ ਕੋਈ ਨਹੀਂ।
ਪਰ ਐਸਕੇਐਮ ਨੇ 13 ਤਰੀਕ ਦੀ ਕਾਲ ਨੂੰ ਸਪੋਰਟ ਵੀ ਨਹੀਂ ਕੀਤਾ। ਸਾਡਾ ਵਿਰੋਧ ਕੋਈ ਨਹੀਂ, ਇਹ ਉਹਨਾਂ ਦਾ ਅੰਦੋਲਨ ਆਪਣੇ ਤੌਰ ਤੇ ਚੱਲਦਾ ਜੀ, ਸਦਕੇ ਚੱਲੇ। ਨਹੀਂ, ਸਾਡੇ ਵੱਲੋਂ ਕੋਈ ਵਿਰੋਧ ਨਹੀਂ, ਅਸੀਂ ਕੋਸ਼ਿਸ਼ ਕੀਤੀ ਹਰ ਤਰ੍ਹਾਂ ਨਾਲ ਕਮੇਟੀਆਂ ਬਣਾ ਕੇ। ਰਮਿੰਦਰ ਹੋਣੀ ਬਿਹਤਰ ਦੱਸਣਗੇ, ਕਿਉਂਕਿ ਮੈਂ ਤਾਂ ਉਹ ਕਮੇਟੀਆਂ ਦੇ ਸਿੱਟੇ ਵਜੋਂ ਹੀ ਇਸ ਐਸਕੇਐਮ ਦੇ ਵਿੱਚ ਸ਼ਾਮਲ ਹੋਇਆ। ਕਿਹੜੀਆਂ ਕਿਹੜੀਆਂ ਕਮੇਟੀਆਂ ਬਣਾਈਆਂ, ਉਹਨਾਂ ਨੂੰ ਕੀ ਰਿਸਪੋਂਸ ਮਿਲਿਆ, ਉਹਦੇ ਬਾਰੇ ਰਮਿੰਦਰ ਹੋਣੀ ਨੂੰ ਜਾਇਜ਼ ਸਮਝਦੇ ਤੁਸੀਂ? ਸਵਾਲ ਦਾ ਜਵਾਬ ਲੈ ਲਓ। ਦੇਖੋ, ਸੰਯੁਕਤ ਕਿਸਾਨ ਮੋਰਚਾ ਨੇ ਵਿਆਪਕ ਏਕਤਾ ਬਣਾਉਣ ਲਈ ਬਹੁਤ ਐਫਰਟ ਲਾਇਆ। ਅਸੀਂ ਟ੍ਰੇਡ ਯੂਨੀਅਨ ਤੱਕ ਪਹੁੰਚ ਕੀਤੀ, ਸਟੂਡੈਂਟ ਯੂਥ ਔਰਤਾਂ ਦੀਆਂ ਜਥੇਬੰਦੀਆਂ ਤੱਕ ਪਹੁੰਚ ਕੀਤੀ, ਟਰੱਕ ਓਪਰੇਟਰਸ ਦੀ ਫੈਡਰੇਸ਼ਨਸ ਤੱਕ ਪਹੁੰਚ ਕੀਤੀ ਹੈ, ਔਰ ਇਸੇ ਤਰ੍ਹਾਂ ਅਸੀਂ ਕਿਸਾਨੀ ਦੇ ਸਾਰੇ ਜਿਹੜਾ ਵੱਖਰੇ ਵੱਖਰੇ ਫੋਰਮ ਸੀ ਇਹਨਾਂ ਨੂੰ ਯੂਨਾਈਟ ਕਰਨ ਲਈ ਪਹੁੰਚ ਕੀਤੀ। ਪੰਜਾਬ ਦੀਆਂ ਜਥੇਬੰਦੀਆਂ ਨੇ ਇਸ ਸੰਬੰਧੀ 3 ਕਮੇਟੀਆਂ ਬਣਾਈਆਂ ਸੀ। ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਨੇ ਵੀ ਇਸ ਮਾਮਲੇ 'ਚ ਵੱਡਾ ਰੋਲ ਹੈ ਜਿਹੜਾ ਉਹ ਅਦਾ ਕੀਤਾ। ਉਹਨਾਂ 3 ਕਮੇਟੀਆਂ ਦੇ ਸਿੱਟੇ ਵਜੋਂ ਵੀ ਇਹ ਸੀ ਕਿ ਰਾਜੇਵਾਲ ਸਾਹਿਬ ਨਾਲ ਜੁੜੇ ਹੋਏ 5 ਸੰਗਠਨ ਵਾਪਸ ਸੰਯੁਕਤ ਕਿਸਾਨ ਮੋਰਚੇ 'ਚ ਨੇ, ਅਸੀਂ ਜੁਆਇੰਟਲੀ 16 ਨਹੀਂ ਕਰ ਰਹੇ ਹਾਂ। ਅਸੀਂ ਡੱਲੇਵਾਲ ਸਾਹਿਬ ਤੱਕ ਵੀ ਅਪਰੋਚ ਕੀਤੀ ਸੀ, ਉਹਨਾਂ ਨੇ ਇਸ 'ਚ ਰਿਸਪੋਂਡ ਨਹੀਂ ਕੀਤਾ ਸਾਨੂੰ। ਅਸੀਂ ਵਿਆਪਕ ਏਕਤਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਬਰਨਾਲੇ ਦੀ ਰੈਲੀ 'ਚ, ਉਹਨਾਂ ਨੇ ਕੈਟਾਗਰੀਕਲੀ ਕਹਿਤਾ ਕਿ ਹਾਲੇ ਯੂਨਿਟੀ ਨਹੀਂ ਹੋ ਸਕਦੀ। ਉਹ ਲੜ ਰਹੇ ਨੇ, ਉਹਨਾਂ ਦੀ ਆਪਣੀ ਲੜਾਈ, ਉਹ 13 ਦੀ ਲੜਾਈ ਤੇ ਆਪਣਾ ਫੋਕਸ ਕਰ ਰਹੇ ਨੇ। ਇੱਕ ਵਿਆਪਕ ਮੋਰਚਾ 16 ਦੇ ਬੰਦ ਨੂੰ ਕਰਨ ਜਾ ਰਿਹਾ, ਔਰ ਇਹ ਦੇਸ਼ ਵਿਆਪੀ ਬੰਦ ਹੈ, ਇੱਕ ਵੱਡਾ ਅੰਦੋਲਨ। ਉਹਨਾਂ ਦਾ ਜੋ ਉਹਨਾਂ ਦਾ ਪ੍ਰੋਗਰਾਮ ਹੈ, ਅਸੀਂ ਉਸ ਤੇ ਉਹ ਆਪਣਾ ਫ੍ਰੀ ਨੇ ਕਰਨ ਅਸੀਂ 2 ਤਰੀਕ ਨੂੰ ਪੰਜਾਬ ਦੇ ਵਿੱਚ 31 ਨੂੰ ਪਹਿਲਾਂ ਲੁਧਿਆਣੇ ਸਟੇਟ ਲੈਵਲ ਦੀ ਸਾਰੇ ਜਥੇਬੰਦੀਆਂ ਨਾਲ ਮੀਟਿੰਗ ਬੁਲਾਈ ਹੈ, ਜਿਹਦੇ ਵਿੱਚ ਵਿਆਪਕ ਸਮਰਥਨ ਮਿਲਿਆ। 60 ਤੋਂ ਉੱਪਰ ਜਥੇਬੰਦੀਆਂ ਆਈਆਂ ਔਰ ਉਹਨਾਂ ਨੇ ਇਸ ਨੂੰ ਐਕਸਟੈਂਡ ਕੀਤੀ ਹੈ ਸਪੋਰਟ। ਔਰ 2 ਤਰੀਕ ਨੂੰ ਡਿਸਟ੍ਰਿਕਟ ਲੈਵਲ ਤੇ 5 ਤਰੀਕ ਨੂੰ ਤਹਿਸੀਲ ਲੈਵਲ ਤੱਕ ਜਾ ਕੇ ਕੋਆਰਡੀਨੇਸ਼ਨ ਬਿਲਡ ਕਰ ਲਿਆ। ਅੱਜ ਸਾਰੇ ਪੰਜਾਬ 'ਚ ਤਹਿਸੀਲ ਪੱਧਰ ਤੇ ਸੁਨੇਹੇ ਲੱਗ ਰਹੇ ਨੇ, ਡੈਮੋਸਟ੍ਰੇਸ਼ਨ ਹੋ ਰਹੇ ਨੇ, ਔਰ ਇੱਕ ਵਿਆਪਕ ਬੰਦ ਦੀ ਤਿਆਰੀ ਹੈ ਜਿਹੜੀ ਉਹ ਹੋ ਰਹੀ ਹੈ। ਇਸੇ ਤਰ੍ਹਾਂ ਦੇਸ਼ ਪੱਧਰ ਤੇ ਮੰਨੀਆਂ ਜਾਣਗੀਆਂ, ਸਾਨੂੰ ਖੁਸ਼ੀ ਹੋਏਗੀ, ਅਸੀਂ ਤਾਂ ਵਿਰੋਧ ਵੀ ਨਹੀਂ ਕਰ ਰਹੇ। ਦੇਖੋ ਜਦੋਂ ਸਾਨੂੰ ਸੱਦਾ ਨਹੀਂ ਜਾਂਦਾ ਹੁੰਦਾ। ਕਮੇਟੀ ਅੱਗੇ ਵੀ ਬਣਾਈ ਸੀ, ਕਮੇਟੀਆਂ ਕਮੂਟੀਆਂ ਦੇ ਵਿੱਚੋਂ ਕੁਛ ਨੀ ਨਿਕਲਦਾ, ਉਹ ਦੇਖਾਂਗੇ ਵਕਤ ਦੱਸੋ। ਕਾਰਨ ਇਹੀ ਹੈ ਨਾ, 4 ਬੰਦੇ ਤੁਸੀਂ ਚਲੇ, 4 ਦੂਜੇ ਚਲੇ, ਇੱਕ ਕਮੇਟੀ ਤੁਹਾਨੂੰ ਕੀਤੀ, ਉਹਨਾਂ ਨੂੰ ਕੀਤੀ, ਇਕੱਠੇ ਹੋ ਕੇ ਕੋਈ ਨਹੀਂ ਲਿਆ ਜਾ ਸਕਦਾ। ਨਹੀਂ ਨਹੀਂ, ਉਹ ਅਸੀਂ ਪਹਿਲੀ ਕਮੇਟੀ ਉਹਦੇ ਵਿੱਚ ਹੀ ਨਹੀਂ ਸ਼ਾਮਿਲ ਹੋਏ।
ਜਿਹੜੀ ਕਮੇਟੀ ਸਰਕਾਰ ਨੇ ਬਣਾਈ ਉਹਦੇ ਵਿੱਚ ਸਰਕਾਰ ਨੇ ਆਪਣੇ ਬੰਦੇ ਪਾਏ, ਉਹੀ ਪਾਏ ਜਿਨ੍ਹਾਂ ਨੇ ਕਾਨੂੰਨ ਉਹ ਤਿੰਨ ਲਿਖੇ ਸੀ। ਅਸੀਂ ਉਦੋਂ ਹੀ ਉਹ ਕਮੇਟੀ ਰਿਜੈਕਟ ਕਰ ਦਿੱਤੀ ਸੀ, ਅਸੀਂ ਕਿਸੇ ਕਮੇਟੀ ਚ ਨਹੀਂ। ਤੇ ਹੁਣ ਕੋਈ ਕਮੇਟੀ ਬਣਦੀ ਹੈ ਹਾਲੇ ਉਹਨੂੰ ਦੇਖਾਂਗੇ ਕੀ ਕਰਦੇ ਨੇ ਕੀ। ਦੇਖੋ ਇਹਦੇ ਬਾਰੇ ਆਪਾਂ ਕਮੈਂਟ ਨੀ ਕਰਨਾ। ਦੇਖੋ ਅੰਦੋਲਨ ਜਿਹੜਾ ਦਿੱਲੀ ਪਹਿਲਾਂ ਵੀ ਤੁਸੀਂ ਆਪਾਂ ਸਾਰਿਆਂ ਨੇ ਰਲ ਕੇ ਕੀਤਾ ਹੈ, ਤੁਹਾਨੂੰ ਪਤਾ ਦੇਸ਼ ਵਿਆਪੀ ਅੰਦੋਲਨ ਸੀ ਉਹ, ਉੱਥੇ ਅਸੀਂ ਸਾਰੇ ਇਕੱਠੇ ਹੋਏ ਤੇ ਜਿੱਤ ਕੇ ਵਾਪਸ ਆਏ ਸੀਗੇ। ਸੋ ਅੱਜ ਕਿਤੇ ਨਾ ਕਿਤੇ ਦੋ ਫਾੜ ਜਿਹੜਾ ਹੋਇਆ ਫਿਰਦਾ। ਦੇਖੋ SKM ਵੱਲੋਂ ਇਹੋ ਜਿਹਾ ਕੋਈ ਨੀ ਸੀਗਾ ਕਿ ਆਪਾਂ ਇਕੱਠੇ ਹੋ ਕੇ ਨਾ ਜਾਈਏ। ਇੱਕ ਧਿਰ ਜਿਹੜੀ ਆ ਸਾਡੇ ਸੰਯੁਕਤ ਕਿਸਾਨ ਮੋਰਚੇ ਦੇ ਵਿੱਚੋਂ ਮਾਨਯੋਗ ਡੱਲੇਵਾਲ ਸਾਹਿਬ ਜਿਹੜੇ ਆ ਉਹਨਾਂ ਨੇ ਆਪਣਾ ਗੈਰ ਰਾਜਨੀਤਿਕ ਧੜਾ ਬਣਾ ਲਿਆ। ਸੋ ਠੀਕ ਆ, ਉਹਨਾਂ ਨੇ ਕਾਲ ਦਿੱਤੀ ਹੋਈ ਹੈ, ਪਰ ਜਿਸ ਤਰ੍ਹਾਂ ਰਮਿੰਦਰ ਜੀ ਨੇ ਦੱਸਿਆ ਕਿ ਅਸੀਂ ਤਿੰਨ ਆਪਾਂ ਕਮੇਟੀਆਂ ਬਣਾਈਆਂ ਸੀ, ਅਸੀਂ ਤਾਂ ਕਹਿੰਦੇ ਸੀ ਆਪਾਂ ਸਾਰੇ ਇੱਕ ਕਲਾਵੇ ਦੇ ਵਿੱਚ ਆ ਕੇ ਜਿਸ ਤਰ੍ਹਾਂ ਆਪਾਂ ਪਹਿਲਾਂ ਕੇਂਦਰ ਸਰਕਾਰ ਦੇ ਖਿਲਾਫ ਲੜਾਈ ਲੜੀ ਆ, ਜਿੱਤ ਕੇ ਵਾਪਸ ਆਏ ਆ। ਦੇਖੋ ਇੱਥੇ ਦੋ ਗੱਲਾਂ ਤਾਂ ਸਪਸ਼ਟ ਆ, ਜੇਕਰ ਹੁਣ ਗੈਰ ਰਾਜਨੀਤਿਕ ਧੜਾ ਜਾਂ KMM ਧੜਾ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਬਣਿਆ, ਜੇਕਰ ਉਹ ਜਾਂਦਾ ਇੱਥੇ ਪੋਜ਼ਿਟਿਵ ਤੇ ਨੈਗੇਟਿਵ ਦੋ ਆਉਂਦੀਆਂ ਜੀ। ਜੇ ਤਾਂ ਜਿੱਤ ਕੇ ਆਉਂਦੇ ਤਾਂ ਸਾਡੇ ਪੰਜਾਬ ਦਾ ਸਿਰ ਉੱਚਾ ਹੁੰਦਾ, ਜੇਕਰ ਕਿਸੇ ਨਾ ਤਰ੍ਹਾਂ ਦਾ ਜੇ ਲੂਜ਼ ਪੋਲ ਹੁੰਦਾ ਕਿਤੇ ਨਾ ਕਿਤੇ ਸਾਰੀਆਂ ਜਥੇਬੰਦੀਆਂ ਨੂੰ ਪੰਜਾਬ ਨੂੰ ਫਰਕ ਤੇ ਪਏਗਾ। ਸੋ ਇਸੇ ਫੋਰਮ ਦੇ ਵਿੱਚ ਅਸੀਂ ਇਹ ਕੋਸ਼ਿਸ਼ ਕੀਤੀ ਸੀ। ਉਹਨਾਂ ਨੇ ਤੱਥ ਤੱਕ ਇਹ ਦਿੱਤਾ ਸੀ ਕਿ ਜਦੋਂ ਕਿਸਾਨ ਅੰਦੋਲਨ ਚੱਲਿਆ ਸੀ, ਜਦੋਂ ਮੋਰਚਾ ਲੱਗਿਆ ਸੀ, ਉਸ ਵਕਤ ਤੁਸੀਂ ਕਿਸੇ ਰਾਜਨੀਤਿਕ ਬੰਦੇ ਨੂੰ ਉੱਤੇ ਸਟੇਜ ਤੇ ਵੀ ਖੜਨ ਨਹੀਂ ਦਿੱਤਾ ਗਿਆ, ਇਨਫੈਕਟ ਮੋਰਚੇ ਨੂੰ ਐਂਟਰ ਨਹੀਂ ਕਰ ਦਿੱਤਾ ਗਿਆ। ਉਹਨਾਂ ਦਾ ਤਾਂ ਤੱਥ ਇਹੀ ਸੀ ਨਾ ਕਿ ਤੁਸੀਂ ਤੁਹਾਡਾ ਜਿਹੜਾ ਧੜਾ ਉਹ ਰਾਜਨੀਤਿਕ ਹੋ ਗਿਆ। ਦੇਖੋ ਉਦੋਂ ਕੋਈ ਨਿਯਮ ਨਹੀਂ ਸੀ ਬਣਾਏ, ਹੁਣ ਅਸੀਂ ਨਿਯਮ ਬਣਾਏ ਆ ਬਕਾਇਦਾ। ਜੇ ਕਿਸੇ ਨੇ ਇਲੈਕਸ਼ਨਾਂ 'ਚ ਹਿੱਸਾ ਲੈਣਾ ਜਾਂ ਦੂਸਰੇ ਪਾਸੇ ਜਾਣਾ ਉਹ ਮੋਰਚੇ ਦਾ ਹਿੱਸਾ ਨਹੀਂ। ਤੁਹਾਨੂੰ ਸਵਾਲ ਹੈ, ਚੌਧਰੀ ਚਰਨ ਸਿੰਘ ਹੋਰੀ ਕਿਸਾਨ ਵਡਿਆਰੂ ਰਹੇ ਨੇ ਔਰ ਡਾਕਟਰ ਸਵਾਮੀਨਾਥਨ, ਇਹਨਾਂ ਨੂੰ ਕੇਂਦਰ ਸਰਕਾਰ ਹੁਣ ਭਾਰਤ ਰਤਨ ਦੇ ਰਹੀ ਹੈ, ਪ੍ਰਧਾਨ ਮੰਤਰੀ ਵੱਲੋਂ ਐਲਾਨ ਇਸ ਗੱਲ ਦਾ ਕੀਤਾ ਗਿਆ, ਕਿਵੇਂ ਦੇਖਦੇ ਹੋ ਇਸ ਫੈਸਲੇ? ਚੰਗੀ ਗੱਲ, ਸਾਰੇ ਦੇਸ਼ ਦਾ ਕਿਸਾਨ ਉਹਦੀ ਰਿਪੋਰਟ ਨੂੰ ਲਾਗੂ ਕਰਨ ਲਈ ਮੰਗ ਕਰ ਰਿਹਾ ਹੈ। ਔਰ ਜਿਹੜੀ ਇਸ ਵੇਲੇ ਕੇਂਦਰ ਸਰਕਾਰ ਹੈ, ਇਹਨਾਂ ਨੇ ਵੀ ਚੋਣਾਂ ਤੇ ਪਹਿਲਾਂ ਉਹਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਸੀ, ਉਹਨਾਂ ਨੂੰ ਭਾਰਤ ਰਤਨ ਦਾ ਦੇ ਰਹੇ ਨੇ, ਸਾਨੂੰ ਖੁਸ਼ੀ ਹੈ। ਚੌਧਰੀ ਚਰਨ ਸਿੰਘ ਵੀ ਕਿਸਾਨਾਂ ਲਈ ਜਿੰਨੀ ਦੇਰ ਰਹੇ ਕਿਸਾਨ ਲੀਡਰ ਦੇ ਤੌਰ ਤੇ ਜਾਣੇ ਜਾਂਦੇ ਸੀ, ਸਿਫਾਰਿਸ਼ਾਂ ਲਾਗੂ ਕਰਦੇ ਹਨ। ਹਾਲੇ ਵੇਟ ਕਰੀਏ ਕੀ ਨਿਕਲਦਾ। ਇਸ ਤਰ੍ਹਾਂ ਨੀ, ਉਹ ਲੰਘ ਗਈ ਗੱਲ ਬਹੁਤ ਪਿੱਛੇ ਰਹਿ ਗਈ। ਉਸ ਵੇਲੇ ਸਾਡੇ ਮੋਰਚੇ ਦਾ ਪਾਰਟ ਨਹੀਂ ਸੀ, ਸਾਡਾ ਲਾਲ ਕਿਲੇ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀ। ਉਸ ਪ੍ਰੋਗਰਾਮ ਨੂੰ ਸਾਡੇ ਅੰਦੋਲਨ ਨੂੰ ਐਡੀ ਵੱਡੀ ਸੱਟ ਮਾਰੀ ਸੀ ਕੁਛ ਲੋਕਾਂ ਨੇ 26 ਜਨਵਰੀ ਨੂੰ, ਸਾਨੂੰ ਚੈਲੰਜ ਕਰਕੇ ਗਿਆ ਸੀ ਖੇਤੀ ਮੰਤਰੀ 23 ਦੀ ਜਿਹੜੀ ਆਖਰੀ ਮੀਟਿੰਗ ਸੀ, ਉਹਨੇ ਕਿਹਾ ਸੀ ਰਾਜੇਵਾਲ ਜੀ ਅੱਛਾ ਅਗਰ ਬਾਤ ਨਹੀਂ ਬਣਤੀ ਹਮ ਆਪਣੀ 26 ਜਨਵਰੀ ਮਨਾਏਂਗੇ ਤਾਂ ਆਪ ਆਪਣੀ ਮਨਾਓ, ਹਮ ਆਪਣੀ ਤਿਆਰੀ ਕਰਾਂਗੇ, ਆਪ ਆਪਣੀ ਤਿਆਰੀ ਕਰੋ। ਉਹਦੇ ਬਾਅਦ ਉਸੇ ਦਿਨ ਉਹਨਾਂ ਵੱਲੋਂ ਬਿਆਨ ਆ ਗਿਆ ਵੀ ਅਸੀਂ ਲਾਲ ਕਿਲੇ ਤੇ ਜਾਵਾਂਗੇ। 24 ਤਰੀਕ ਨੂੰ ਬਿਆਨ ਆ ਗਿਆ, 25 ਨੂੰ ਅਸੀਂ ਬੁਲਾਏ, ਉਹਨਾਂ ਨੂੰ ਪੁੱਛਿਆ ਵੀ ਉੱਥੇ ਕਾਹਦੇ ਵਾਸਤੇ ਜਾਣਾ, ਸਾਡਾ ਤਾਂ ਪ੍ਰੋਗਰਾਮ ਹੈ ਨੀ, ਲਾਲ ਕਿਲੇ ਦਾ ਪ੍ਰੋਗਰਾਮ ਕੋਈ ਨੀ, ਤੁਸੀਂ ਉੱਥੇ ਕਿਉਂ ਐਲਾਨ ਕੀਤਾ? ਉਹ ਜੀ ਸਾਡੀ ਕੋਰ ਕਮੇਟੀ ਦਾ ਫੈਸਲਾ, ਕੋਈ
ਦੋ ਘੰਟੇ ਬੈਠੇ, ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੇ। ਅਖੀਰ ਚ ਕਹਿ ਕੇ ਉੱਠ ਕੇ ਚਲੇ ਗਏ, ਅਸੀਂ ਦੁਬਾਰਾ ਕੋਰ ਕਮੇਟੀ ਦੀ ਮੀਟਿੰਗ ਬੁਲਾ ਲੈਂਦੇ ਹਾਂ। ਗਏ ਤਾਂ ਫਿਰ ਜੋ ਜਿਸ ਤਰ੍ਹਾਂ ਦਾ ਪਲੈਨ ਸੀ ਉਹਦੇ ਹਿਸਾਬ ਨਾਲ ਅਸੀਂ 10 ਵਜੇ ਤੁਰਨਾ ਸੀ, ਉਹ 7 ਵਜੇ ਤੁਰ ਗਏ। ਲਾਲ ਕਿਲੇ ਤੇ ਜਾ ਕੇ ਇੱਕ ਵਾਰੀ ਅੰਦੋਲਨ ਨੂੰ ਏਡੀ ਵੱਡੀ ਸੱਟ ਮਾਰੀ, ਇਹ ਅਲੱਗ ਗੱਲ ਹੈ ਵੀ ਅੰਦੋਲਨ ਦੁਬਾਰਾ ਫੇਰ ਖੜਾ ਹੋ ਗਿਆ ਤਾਂ ਉਸ ਜਿਹੜੇ ਅੱਛਾ ਇਹ ਤੋਂ ਵੀ ਆਖਰੀ ਗੱਲ, ਉਹ ਅੰਦੋਲਨ ਦਾ ਪਾਰਟ ਇਹ ਨਹੀਂ ਸੀ, ਉਹ ਸਾਤੋਂ 20 ਦਿਨ ਬਾਅਦ ਗਏ, ਸਾਡੇ ਅੱਗੇ ਅੱਗੇ ਬੈਠੇ ਸੀ, ਨਾ ਉਹਨਾਂ ਅੱਗੇ ਕੋਈ ਬੈਰੀਕੇਡ ਸੀ, ਸਾਡੇ ਅੱਗੇ ਬੈਰੀਕੇਡ ਸੀ, ਔਰ ਨਾ ਉਹ ਕਿਸੇ ਮੀਟਿੰਗ ਚ ਸ਼ਾਮਿਲ ਹੋਏ। ਜਿਹੜੀਆਂ ਸਰਕਾਰ ਨਾਲ ਮੀਟਿੰਗ ਹੋਈਆਂ ਸਾਰੀਆਂ ਜਥੇਬੰਦੀਆਂ ਉਹਨਾਂ ਦੇ ਵਿੱਚ ਸ਼ਾਮਿਲ ਹੁੰਦੀਆਂ ਸੀ, ਇਹ ਪੰਨੂ ਪੰਧੇਰੋ ਨੇ ਉਸ ਮੀਟਿੰਗ ਚ ਵੀ ਸ਼ਾਮਿਲ ਨਹੀਂ ਸੀ ਹੋਏ। ਸਾਰੀ ਉਮਰ ਧਰਨੇ ਦਿੰਦੇ ਰਹੇ ਹਾਂ ਅਸੀਂ, ਔਰ ਹਮੇਸ਼ਾ ਉਹਦੇ ਵਿੱਚ ਕੁਛ ਨਾ ਕੁਛ ਗੇਨ ਕੀਤਾ ਲੋਕਾਂ ਨੇ। ਸਾਡੇ ਕੋਲ ਤਰੀਕਾ ਹੀ ਇਹੀ ਹੈ ਐਜੂਕੇਸ਼ਨ ਦਾ, ਹੋਰ ਕੀ ਹੈ ਪੀਸਫੁਲ ਐਜੂਕੇਸ਼ਨ। ਹਾਂਜੀ, ਵੇਟ ਐਂਡ ਵਾਚ। ਦੇਖੋ, ਸਰਕਾਰ ਕਿਸੇ ਦੀ ਵੀ ਆਵਾਜ਼ ਬੰਦ ਕਰਤੀ ਹੈ ਉਹਦਾ ਅਸੀਂ ਵਿਰੋਧ ਕਰਦੇ ਹਾਂ, ਨਾਲ ਖੜੇ ਵੀ ਹਾਂ, ਪਹਿਲਾਂ ਵੀ ਖੜੇ ਹਾਂ, ਹੁਣ ਵੀ ਖੜਾਂਗੇ, ਅੱਗੇ ਤੋਂ ਵੀ ਖੜਾਂਗੇ, ਕਿਸੇ ਦੀ ਵੀ ਆਵਾਜ਼ ਬੰਦ। ਸਾਡੇ ਬੰਦੇ ਗਏ, ਸਾਡੇ ਬੰਦੇ ਉੱਥੇ, ਸਮਰਥਨ ਤਾਂ ਆਲਰੇਡੀ ਕੀਤਾ ਹੋਇਆ ਆ। ਅਸੀਂ ਕਿਸੇ ਦੇ ਖੜੇ ਹੋਣ ਤੇ ਕੋਈ ਰੋਕ ਲੱਗਦੀ ਹੈ, ਕੋਈ ਕਿਸੇ ਦੀ ਆਵਾਜ਼ ਨੂੰ ਦਬਾਇਆ, ਉਸ ਗੱਲ ਦੇ ਉੱਪਰ ਉਹਦਾ ਜ਼ਰੂਰੀ ਹੱਕ ਹੈ, ਜੇ ਉਹ ਖੋਇਆ ਜਾਂਦਾ ਤਾਂ ਉਸ ਦੀ ਅਸੀਂ ਹਮੇਸ਼ਾ ਹੀ ਨਿਖੇਧੀ ਕੀਤੀ ਹੈ ਅੱਗੇ ਵੀ। ਗੱਲ ਸਵਾਲ ਵਰਧਮਾਨ ਨੇ ਕਿਹਾ ਸੀ ਕਿ ਜਗ੍ਹਾ ਜਗ੍ਹਾ ਤੋਂ ਧਰਨੇ ਲਾ ਦਿੰਦੇ ਹੋ, ਉਹੀ ਭਗਵੰਤਮਾਨ ਕੱਲ ਕਿਸਾਨਾਂ ਦੇ ਨਾਲ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਕਰ ਰਹੇ ਸੀ, ਇਹ 2 ਲੱਖ ਸ਼ੇਰ ਮੰਡਾ ਕਿਹੜੇ ਇੱਕ ਪਾਸੇ ਕਿਸਾਨਾਂ ਦੇ ਮੀਟਿੰਗ ਕਰਦੇ ਹੋ? ਉਹ ਕਹਿ ਕੇ ਜਦੋਂ ਉਹਨੇ ਕਿਹਾ ਨਾ ਵੀ ਥਾਂ ਥਾਂ ਧਰਨੇ ਲਾ ਲੈਂਦੇ, ਜਗ੍ਹਾ ਦੇਖਦੇ ਆ, ਵਜ੍ਹਾ ਨੀ ਦੇਖਦੇ, ਪਛਤਾਇਆ ਪਛਤਾਇਆ ਇਹ ਗੱਲ ਕਹਿ ਕੇ ਉਹ ਮੀਟਿੰਗ ਹੋਈ ਹੈ ਸਾਡੀ ਵਾਰ। ਅਗਲਾ ਅਗਲਾ ਪ੍ਰੋਗਰਾਮ, ਅਗਲੀ ਮੀਟਿੰਗ ਕਿਸਾਨ ਮੋਰਚਾ ਦਾ ਦਿੱਲੀ ਜਾਣ ਦਾ ਪ੍ਰੋਗਰਾਮ ਰੂਲ ਆਊਟ ਨਹੀਂ ਹੈ, ਇਹ ਸਾਡੇ ਵਿਚਾਰ ਅਧੀਨ ਹੈ, ਪਰ ਅਸੀਂ 16 ਨੂੰ ਵੱਡਾ ਜਿਹੜਾ ਬੰਦ ਕਰਕੇ ਆਪਣਾ ਇੱਕ ਰੋਸ ਹੈ ਜਿਹੜਾ ਉਹ ਵੱਡੇ ਪੱਧਰ ਤੇ ਉਠਾਉਣਾ ਚਾਹੁੰਦੇ ਹਾਂ, ਔਰ ਇਹ ਵਰਕਰ ਤੇ ਕਿਸਾਨਾਂ ਦੀ ਜਿਹੜੀ ਯੂਨਿਟੀ ਹੈ, ਸਮਾਜ ਦੇ ਵੱਖ ਵੱਖ ਤਬਕਿਆਂ ਦੀ ਜਿਹੜੀ ਯੂਨਿਟੀ ਹੈ, ਉਹ 16 ਤਰੀਕ ਨੂੰ ਪ੍ਰਗਟ ਹੋਏਗੀ, ਦੇਸ਼ ਵਿਆਪੀ ਤੌਰ ਤੇ ਪ੍ਰਗਟ ਹੋਏਗੀ। ਮੈਂ ਇੱਕ ਗੱਲ ਹੋਰ ਸਾਰੇ ਮਿੱਤਰਾਂ ਨੂੰ ਕਹਿ ਦੇਣਾ ਚਾਹੁੰਦਾ, ਸੰਯੁਕਤ ਕਿਸਾਨ ਮੋਰਚੇ ਦਾ ਕਿਸਾਨ ਲਹਿਰ ਨੂੰ ਏਕਤਾਬੱਧ ਕਰਨ ਦੇ ਯਤਨ ਅਸੀਂ ਬਿਲਕੁਲ ਵੀ ਬੰਦ ਨਹੀਂ ਕੀਤੇ। ਹਾਂ, ਏਕਤਾ ਅਸੂਲੀ ਹੋਏਗੀ, ਅਸੂਲ ਦੇ ਆਧਾਰ ਤੇ ਏਕਤਾ ਦੀ ਅਸੀਂ ਅੱਗੇ ਵਧਾਂਗੇ, ਹਾਲੇ ਵੀ ਅਸੀਂ ਬੰਦ ਨਹੀਂ ਕੀਤੇ। ਇਸੇ ਕਰਕੇ ਅਸੀਂ ਇਹ ਕਹਿ ਰਹੇ ਕਿ ਉਹਨਾਂ ਸਾਥੀਆਂ ਦਾ ਪ੍ਰੋਗਰਾਮ ਸੀ, ਉਹਨਾਂ ਦੀ ਟੌਕ ਹੋਈ ਹੈ, ਅਸੀਂ 16 ਨੂੰ ਬੰਦ ਕਰਨ ਜਾ ਰਹੇ ਹਾਂ, ਸਾਡਾ 13 ਨਾਲ ਸੰਬੰਧ ਨਹੀਂ ਹੈ, ਇਹੀ ਅਸੀਂ ਗੱਲ ਕਹੀ ਹੈ। ਕੀ ਨਿਕਲੂਗਾ, ਕੀ ਨਹੀਂ ਬਾਹਰ ਆਊਗਾ, ਜੇ ਕਿਸਾਨਾਂ ਦੀ ਸਰਕਾਰ ਕੁਛ ਚੰਗਾ ਕਰੂਗੀ ਤਾਂ ਅਸੀਂ ਇਹਨੂੰ ਵੈਲਕਮ ਕਹਾਂਗੇ, ਬਾਕੀ ਦੇਖਦੇ ਹਾਂ। ਹਾਲੇ ਜਸਟ ਵੇਟ ਐਂਡ ਵਾਚ ਵਾਲੀ ਪੋਜੀਸ਼ਨ ਹੈ, ਅਸੀਂ ਆਪਣੀ 16 ਦੇ ਸੰਬੰਧ ਵਿੱਚ ਤੁਹਾਨੂੰ ਕੈਟਾਗਰੀ ਕਰੀ ਕਿ ਆਹ ਸਾਡੀਆਂ ਗਾਈਡਲਾਈਨਸ ਨੇ, ਇਸ ਤਰ੍ਹਾਂ ਦੀ ਸਾਡੀ ਤਿਆਰੀ ਹੈ, ਔਰ ਅਸੀਂ ਸਾਰੇ ਮੀਡੀਆ ਨੂੰ ਬੇਨਤੀ ਕਰਦੇ ਹਾਂ ਕਿ 16 ਤਰੀਕ ਨੂੰ ਪੰਜਾਬ 'ਚ ਵੱਖ ਵੱਖ ਥਾਵਾਂ ਤੇ ਇਹਨਾਂ ਪ੍ਰੋਟੈਸਟਾਂ ਨੂੰ ਕਵਰ ਕਰਕੇ ਕਾਰਪੋਰੇਟ ਦੇ ਨੀਤੀਆਂ ਦੇ ਖਿਲਾਫ ਇਸ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਹੋਰ ਵਰਗਾਂ ਦੀ ਜਿਹੜੀ ਲੜਾਈ ਹੈ ਉਸਨੂੰ ਦੇਸ਼ ਦੁਨੀਆਂ 'ਚ ਪਹੁੰਚਾ ਕੇ ਸਾਡਾ ਰੋਲ ਅਦਾ ਕਰੋ। ਯੂਰਪ 'ਚ ਸਾਰਾ ਕਿਸਾਨ ਖੇਤੀ ਦੇ ਉੱਪਰ ਜਿਹੜਾ ਕਾਰਪੋਰੇਟ ਦਾ ਹੱਲਾ ਹੈ ਉਸਦੇ ਖਿਲਾਫ ਸੜਕਾਂ ਤੇ ਹੈ, ਔਰ ਇੱਕ ਕਿਸਮ ਦਾ ਐਂਟੀ ਕਾਰਪੋਰੇਟ ਡਰਾਈਵ ਹੈ ਜਿਹੜੀ ਵਰਲਡ ਲੈਵਲ ਤੇ। ਸਾਡਾ ਸੂਬਾ ਦਾ ਬੰਦ
ਉਸ ਚ ਇੱਕ ਮਹੱਤਵਪੂਰਨ ਰੋਲ ਹੈ ਜਿਹੜਾ ਅਦਾ ਕਰੂਗਾ। ਅਸੀਂ ਤੁਹਾਡੇ ਰਾਹੀਂ ਚਾਹਾਂਗੇ ਕਿ ਸਾਡੀ ਇਹ ਆਵਾਜ਼ ਪੂਰੀ ਦੁਨੀਆ ਚ ਜਿਹੜਾ ਪਹੁੰਚਾਉਣ ਦਾ ਤੁਸੀਂ ਸਾਨੂੰ ਸਹਿਯੋਗ। ਥੈਂਕ ਯੂ। ਡੈਫੀਨੇਟਲੀ ਉਹਨਾਂ ਨੇ ਸਿੱਖਿਆ ਤਾਂ ਹੈ ਹੀ ਹੈ ਜੀ। ਸਾਡੀ ਜਿਹੜੇ ਕਿਸਾਨ ਅੰਦੋਲਨ ਦੀ ਜਿਹੜੀ ਦੇਣ ਹੈ ਇਹਦੇ ਇੰਟਰਨੈਸ਼ਨਲ ਇੰਪੈਕਟ ਤਾਂ ਹੈਗੇ ਨੇ। ਉਹਨਾਂ ਨੇ ਸਿੱਖਿਆ ਜਰਮਨ ਚ ਵਰਕਰ ਤੇ ਕਿਸਾਨ ਨੇ ਰਲ ਕੇ ਸਟਰਗਲ ਕੀਤੀ ਹੈ। ਇਸ ਤੋਂ ਅਸੀਂ ਅਲੱਗ ਕੀਤਾ, ਇੱਕ ਦੂਜੇ ਤੋਂ ਸਿੱਖਦੇ ਹੋਏ ਹੀ ਦੁਨੀਆ ਅੱਗੇ ਤੁਰਦੀ ਹੈ। ਔਰ ਇਸੇ ਕਰਕੇ ਜਿਹੜਾ ਕਾਰਪੋਰੇਟ ਦਾ ਹੱਲਾ ਆ, ਚਾਹੇ ਉਹ ਐਗਰੀਕਲਚਰ ਸੈਕਟਰ ਦੇ ਜਾਂ ਕਿਤੇ ਹੋਰ ਹੈ, ਜੇ ਉਸਦੇ ਖਿਲਾਫ਼ ਅੱਜ ਇਕੱਠੇ ਹੋ ਰਹੇ ਨੇ। ਸਾਡਾ ਮੋਦੀ ਗਵਰਨਮੈਂਟ ਨੂੰ ਸਿਰਫ਼ ਇਹੀ ਕਹਿਣਾ ਕਿ ਅੰਮ੍ਰਿਤ ਕਾਲ ਦੇ ਨਾਮ ਤੇ ਕਾਰਪੋਰੇਟ ਦੇ ਦੋ ਆਪਣੇ ਯਾਰਾਂ ਨੂੰ ਜਿਹੜਾ ਤੁਸੀਂ ਸਾਰਾ ਲਾਭ ਪਹੁੰਚਾਉਣ ਤੁਰੇ ਹੋ। ਔਰ ਅੱਜ ਇਸ ਦੇਸ਼ ਦੀ ਹਾਲਤ ਇਹ ਹੈ ਕਿ ਟੋਟਲ ਜੀ ਡੀ ਪੀ ਦਾ 80% ਹੈ ਜਿਹੜਾ ਅਸੀਂ ਕਰਜ਼ਾ ਨਹੀਂ ਚਾਹ। ਮੋਦੀ ਗਵਰਨਮੈਂਟ 2014 ਚ ਜਦੋਂ ਆਈ ਸੀ ਤਾਂ ਇਸ ਦੇਸ਼ ਦੇ ਉੱਪਰ ਵਿਦੇਸ਼ੀ ਕਰਜ਼ਾ 61 ਲੱਖ ਕਰੋੜ ਸੀ ਜਿਹੜਾ ਹੁਣ 156 ਲੱਖ ਕਰੋੜ ਹੋ ਗਿਆ। ਔਰ IMF ਇਹ ਕਹਿ ਰਿਹਾ ਕਿ ਜੇ ਤੁਹਾਡਾ ਇਸੇ ਤਰ੍ਹਾਂ ਦਾ ਹਾਲ ਰਿਹਾ ਤੇ ਮੁਲਕ ਬਹੁਤ ਵੱਡੇ ਆਰਥਿਕ ਸੰਕਟ ਚ ਫਸਣ ਜਾ ਰਿਹਾ। ਕੋਈ ਅੰਮ੍ਰਿਤ ਕਾਲ ਨਹੀਂ ਚੱਲ ਰਿਹਾ। ਦੇਸ਼ ਦੇ ਆਮ ਲੋਕਾਂ ਦੀ ਜੇਬ ਚ ਜੇ ਪੈਸਾ ਆਊਗਾ, ਡੋਮੈਸਟਿਕ ਮਾਰਕੀਟ ਤਾਂ ਚੱਲਣੀ ਹੈ। ਇੱਥੇ ਤਾਂ ਪ੍ਰਚੂਨ ਦੇ ਖੇਤਰ ਚ ਕਾਰਪੋਰੇਟ ਲਿਆ ਕੇ ਕਰੋੜਾਂ ਲੋਕਾਂ ਦਾ ਰੁਜ਼ਗਾਰ ਉਜਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੋ ਇਹਨਾਂ ਗੱਲਾਂ ਦੇ ਖਿਲਾਫ਼ ਇਹ ਬੰਦ ਸਾਰੇ ਉਹਨਾਂ ਤਬਕਿਆਂ ਨੂੰ ਜਿਹੜਾ ਕਾਰਪੋਰੇਟ ਦੀਆਂ ਨੀਤੀਆਂ ਦਾ ਸ਼ਿਕਾਰ ਆ, ਉਹਨਾਂ ਨੇ ਇੱਕ ਮੰਚ ਤੇ ਲਿਆਉਣਾ। ਸਵਾਲ ਨੇ ਹਾਲੇ ਅਸੀਂ ਸੰਘਰਸ਼ ਆ, 16 ਦਾ ਬੰਦ ਹੈ, ਉਸ ਚੀਜ਼ਾਂ ਅੱਗੇ ਦੇਖਾਂਗੇ ਕਿਵੇਂ ਕਿਵੇਂ। ਅਸੀਂ ਇਸ ਤਰ੍ਹਾਂ ਦੇ ਕਿਸੇ ਵੀ ਆਵਾਜ਼ ਨੂੰ ਦੱਬਣ ਦੀ ਜਿਹੜੀ ਕੋਸ਼ਿਸ਼ ਹੈ ਉਸ ਦੀ ਅਸੀਂ ਨਿਖੇਧੀ ਕਰਦੇ ਹਾਂ। ਡੈਮੋਕ੍ਰੇਟਿਕ ਰਾਈਟ ਹੈ ਕਿਸੇ ਦਾ ਵੀ ਆਪਣੀ ਗੱਲ ਨੂੰ ਉਠਾਉਣ ਦਾ, ਉਹ ਠੀਕ ਹੈ। ਉਹ ਸਾਡੇ ਨਾਲ ਜੁਆਇੰਟ ਸਟਰਗਲ ਚ ਨਹੀਂ, ਪਰ ਉਹ ਜੇ ਸਟਰਗਲ ਕਰ ਰਹੇ ਨੇ ਕਿਸੇ ਵੀ ਜਥੇਬੰਦੀ ਦਾ ਅਧਿਕਾਰ ਹੈ, ਇਸ ਗੱਲ ਨੂੰ ਤਾਂ ਨਿਖੇਧੀ ਕਰਦੇ ਹਾਂ। ਮੈਨੂੰ ਸਾਰੇ ਪਿਆਰ ਕਰਨ ਵਾਲੇ ਹੋ, ਮੈਨੂੰ ਹਮੇਸ਼ਾ ਤੁਹਾਡਾ ਸਹਿਯੋਗ ਰਿਹਾ। ਪਿਛਲੇ ਹਫ਼ਤੇ ਮੈਨੂੰ ਬੜਾ ਸੀਵੀਅਰ ਅਟੈਕ ਹੋ ਕੇ ਹਟਿਆ, ਮੈਂ ਤਾਂ ਅੱਜ ਮੀਟਿੰਗ ਆਇਆ ਤੇ ਮੈਨੂੰ ਜੇ ਇੱਦਾਂ 1-to-1 ਕਰਨ ਲੱਗ ਪਏ ਤੇ ਮੇਰੀ ਸਿਹਤ ਨੇ ਆਗਿਆ ਨੀ ਦੇਣੀ। ਬਹੁਤ ਸੀਵੀਅਰ ਹਾਰਟ ਅਟੈਕ ਹੋਇਆ ਮੈਨੂੰ ਤੇ ਅੱਜ ਪਹਿਲੀ ਵਾਰੀ ਮੈਂ ਘਰੋਂ ਬਾਹਰ ਨਿਕਲ ਗਿਆ। ਕੋਮਨ ਕਰ ਦਿਓ ਜੀ, ਕੋਮਨ ਹਿੰਦੀ ਚ ਕਰ ਦਿਓ। ਥੋੜਾ ਜਿਹਾ ਐਕਸਪਲੇਨੇਟ ਹਿੰਦੀ ਚ ਕਰ ਦਿਓ। ਐਸੇ ਹੈ ਕਿ SPM ਨੇ ਫੈਸਲਾ ਕੀਆ ਕਿ 16 ਦਸੰਬਰ ਕੋ ਹਮਾਰੀ ਮਾਂਗੋ ਕੇ ਲਿਏ ਔਰ ਕੁਛ ਜੋ ਖੇਤੀ ਸੈਕਟਰ ਮੇ ਵਰਕਰਸ ਹੈ, ਇੰਡਸਟਰੀ ਸੈਕਟਰ ਮੇ ਵਰਕਰਸ ਹੈ, ਇੰਪਲਾਈਜ਼ ਹੈ, ਟ੍ਰਾਂਸਪੋਰਟਰਸ ਹੈ, ਅਲੱਗ ਅਲੱਗ ਸੈਕਟਰ ਸਟੂਡੈਂਟਸ ਹੈ, ਸਭ ਕੇ ਸਾਥ ਮਿਲ ਕੇ ਭਾਰਤ ਬੰਦ ਕੀ ਕਾਲ ਦੀ ਹੈ। 16 ਤਾਰੀਖ ਕੋ ਹਮਨੇ ਕੁਛ ਉਸਮੇ ਆਜ ਜੋ ਕੁਛ ਛੋਟ ਦੀ ਹੈ, ਜੈਸੇ ਕਿਸੀ ਕੀ ਸ਼ਾਦੀ ਹੈ, ਕਿਸੀ ਘਰ ਮੇ ਕਿਸੀ ਕੀ ਮੌਤ ਹੋ ਗਈ, ਯਾ ਕੋਈ ਮਰੀਜ਼ ਹੈ, ਉਸਕੀ ਜਾਏਗੀ ਐਂਬੂਲੈਂਸ ਜਾਏਗੀ ਔਰ
ऐसे कुछ लोगों को कोई एयरपोर्ट पे जाने वाला है ऐसे लोगों को छूट दी गई है। बाकी सब लोगों को अपील की है कि 16 के बंद में शामिल हों। हमारे साथ अभी तक एक लिस्ट रमिंदर जी ने अभी सुनाई कि पढ़ के कौन कौन सी ऑर्गेनाइजेशन है जो इसमें शामिल हुई है। पिछली मीटिंग में लुधियाना में 60 से ज्यादा ऑर्गेनाइजेशन थी, उसके बाद फिर और कुछ ऑर्गेनाइजेशन भी आई हैं जिन्होंने हमारी सपोर्ट करने का, जैसे प्राइवेट बस ट्रांसपोर्टर्स एसोसिएशन भी आई है और आरती एसोसिएशन के दो ग्रुप हैं पंजाब के, दोनों वो आए हैं। नेशनल लेवल पे C2 इंटक एटक उनकी फेडरेशन, बैंक एम्प्लॉइज फेडरेशन और टीचर्स की जो एसोसिएशन हैं वो सभी, व्यापारियों की जो व्यापार मंडल के पदाधिकारी हैं उन्होंने भी हमारी सपोर्ट का वादा किया है। तो 16 तारीख को ये एक व्यापक बंद होगा और उसके लिए हमने आप सबसे निवेदन किया है कि उस दिन उसको।